Merhaba. Merhaba. ਤੈਨੂੰ ਤੇ ਵਾਪਸ ਕਿਹੜੀ ਜੇਬ ਚ ਆ ਚੱਲ ਵੀ ਕੱਢ ਆਪਣੇ ਹੱਥ ਨਾਲ ਸ਼ਰਮ ਕਰ ਲਿਓ ਚੋਰ ਹੈ ਜੀ ਬਹੁਤ ਵੱਡਾ ਲੋਕ ਬੋਲਣ ਲੱਗ ਗਏ ਹੁਣ ਬਹੁਤ ਵੱਡਾ ਚੋਰ ਹੈ ਜੀ ਲੋਕ ਬੋਲਦੇ ਆ ਕਿਹੜੀ ਚੋਰੀ ਕੀਤੀ ਸੁਣੋ ਤੁਸੀਂ ਬੋਲਦੇ ਹੋ ਸ਼ਰਮ ਨਾਮ ਦੀ ਕੋਈ ਚੀਜ਼ ਹੈ ਜੀ ਕੋਈ ਗੱਲ ਨੀ ਮੈਂ ਕੀਤੀ ਪੁੱਛਣ ਸ਼ਰਮ ਨਾਮ ਦੀ ਚੀਜ਼ ਨੀ ਸੁਣਾ ਕੋਈ ਨਾ ਮੋਹਰੇ ਕਰ ਵੀਡੀਓ ਹੈ ਮਾੜੇ ਹੋ ਗਏ ਯਾਰ ਲੱਖਾਂ ਰੁਪਇਆ ਤਨਖਾਹ ਲੈਣ ਤੋਂ ਬਾਅਦ ਇੱਥੇ ਬੈਠਾ ਇਹ ਕਹਿੰਦਾ ਕੈਮਰਾ ਕੱਢ ਕੇ ਬਾਹਰ ਰੱਖ ਦੂ ਮੈਂ ਰੱਖਦਾ ਬਾਹਰ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਤੁਸੀਂ ਵਾਰ ਵਾਰ ਨਾਲ ਰਿਵਾਲਵਰ ਵੀ ਏਦਾਂ ਹੀ ਰੱਖ ਜਾਂਦੇ ਨਹੀਂ ਬਿਨਾ ਪੈਸੇ ਇਹਨੇ ਰੱਖਤੇ ਰਿਵਾਲਵਰ ਰਿਵਾਲਵਰ ਕਿਹਨੇ ਰੱਖਿਆ ਜੀ ਫਿਰ ਰਿਵਾਲਵਰ ਤੁਸੀਂ ਬਿਨਾ ਚੱਲ ਲੈ ਜਾਂਦੇ ਇੰਨੀਆਂ ਸ਼ਿਕਾਇਤਾਂ ਤੁਹਾਡੀਆਂ ਸਰਦਾਰ ਸਾਹਿਬ ਆਈਆਂ ਇੰਨੀਆਂ ਸ਼ਿਕਾਇਤਾਂ ਆਈਆਂ ਵੀ ਬੰਦਾ ਸ਼ਰੇਆਮ ਵੱਢ ਰਿਹਾ ਇਹ ਚੱਕ ਪੈਸੇ ਕਰਤਾ ਲਿਆ ਉਰੇ ਪੈਸੇ ਹੋਰ ਵੀ ਫੋਟੋ ਸਟੇਟ ਮਲਾ ਪਹਿਲਾਂ ਇਹਨਾਂ ਨਾਲ ਮੈਚ ਕਰ ਤੇਰੇ ਹੀ ਪੈਸੇ ਹੈ ਨੋਟ ਨੰਬਰ ਮੈਚ ਕਰ ਚੱਲ ਕੋਈ ਸ਼ਰਮ ਕੰਮ ਐਡੀਆਂ ਮਿਲਦੀਆਂ ਬੇਰੁਜ਼ਗਾਰ ਮੁੰਡੇ ਬੀੜੀਆਂ ਡਿਪਲੋਮੇ ਫੜ ਫੜ ਬੇਰੁਜ਼ਗਾਰ ਜਿਹੜੇ ਖੜਦੇ ਝੰਡੇ ਝੰਡੇ ਦੇ ਪੈਸੇ ਲਾਈ ਹਰ ਚੀਜ਼ ਦੇ ਪੈਸੇ ਤੁਸੀਂ ਦੇ ਕੇ ਗਏ ਕੋਈ ਕਿਸੇ ਨੂੰ ਪੈਸਾ ਨਹੀਂ ਨਹੀਂ ਤੁਸੀਂ ਹੁਣ ਤਾਂ ਤੂੰ ਗਲਤੀ ਨੀ ਮੰਨਣੀ ਹੱਥ ਜੋੜ ਜੋੜ ਗਲਤੀ ਮੰਨੀ ਉਦੋਂ ਮੈਂ ਨੀ ਛੱਡਣਾ ਮੈਨੂੰ ਪਤਾ ਸਾਰੀ ਗੱਲ ਦਾ ਠੀਕ ਹੈ ਮੈਨੂੰ ਪਤਾ
ਇਹ ਤਾਂ ਇਹ ਸੀ ਵੀ ਹੁਣ ਤੂੰ ਕਹਿੰਦਾ ਵੀ ਚੰਗਾ ਜੀ ਮੇਰੇ ਤੋਂ ਅੱਜ ਹੁੰਦੀ ਗਲਤੀ ਗੱਲ ਹੁੰਦੀ ਫਿਰ ਤਾਂ ਅਸੀਂ ਸਾਰੇ ਬਾਕੀ ਮੈਚ ਕਰ ਰਿਹਾ ਪੰਜਾਹ ਬਸ ਰੱਖ ਦਿਓ ਹੋ ਗਿਆ 50-33-01 ਆ ਰਿਹਾ 24-28-98 ਆ ਰਿਹਾ ਜੀ ਤੈਨੂੰ ਕੋਈ ਨੀ ਰੁਕ ਜਾ 012-14 ਆ ਰਿਹਾ ਚੱਲ ਜੋ ਪੈਸੇ ਲੈ ਕੇ 400-903 ਆ ਰਿਹਾ 123-978 ਆ ਰਿਹਾ ਕਾਰੋਬਾਰੀ ਹੈਗੇ ਦੀਵਾਲੀਆਂ ਦੇ ਉੱਤੇ ਵਿਆਹ ਸ਼ਾਦੀਆਂ ਦੇ ਪਟਾਕੇ ਚਲਾਉਂਦੇ ਅਸੀਂ ਕਮਿਸ਼ਨਰ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ ਪੁਲਿਸ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਵਿੱਚ ਮੈਂ ਕਹਿ ਕੇ ਆਇਆ ਵੀ ਦੀਵੇ ਥੱਲੇ ਦੇ ਰਹਾ ਚੌਂਕੀ ਥਾਣਿਆਂ ਦੇ ਅੰਦਰ ਲੋਕਾਂ ਨੂੰ ਡਾਂਗ ਦੇ ਨਾਲ ਲੁੱਟਿਆ ਜਾ ਰਿਹਾ ਖੁੰਡੇ ਉਸਤਰੇ ਦੇ ਨਾਲ ਵੱਢਿਆ ਜਾ ਰਿਹਾ ਅਤੇ ਆ ਕਮਿਸ਼ਨਰ ਆਫਿਸ ਦੇ ਵਿੱਚ ਬੈਠੇ ਜਿਹੜੇ ਸਰਕਾਰੀ ਅਫਸਰ ਸਾਹਿਬਾਨ ਥਾਣੇ ਦਾ DSP ਸ਼ਰੇਆਮ ਕੋਈ ਮਨ ਦੇ ਵਿੱਚ ਡਰ ਨਹੀਂ ਉਹਨਾਂ ਦੇ ਸ਼ਰੇਆਮ ਲੋਕਾਂ ਨੂੰ ਲੁੱਟ ਰਹੇ ਆ ਇਹ ਦੋਸਤ ਦੀ ਇੱਕ NOC ਹੈ ਜੈਨੂਅਨ ਕੰਮ ਹੈ ਔਰ ਉਹ DC ਦਫ਼ਤਰ ਨੂੰ ਭੇਜਣ ਦਾ 10,000 ਰੁਪਈਆ ਰਿਸ਼ਵਤ 10,000 ਰੁਪਈਆ ਰਿਸ਼ਵਤ ਮੰਗਣ ਦੀ ਵੀਡੀਓ ਕੋਲੇ ਸੋ ਕਿੱਥੋਂ ਦਊਗਾ ਮਾਤੜ ਬੰਦਾ ਅਸੀਂ ਗਏ ਆ ਮੀਡੀਆ ਨਾਲ ਸੀ ਮੈਂ ਪੁੱਛਿਆ ਉਹ ਅਫਸਰ ਨੂੰ ਜਿਹਨੇ 10,000 ਰੁਪਈਆ ਕੀ ਨਾਂ ਉਹਦਾ ਦਿਲਬਾਗ ਸਿੰਘ ਥਾਣੇਦਾਰ ਐਂਡ ਦਿਲਬਾਗ ਸਿੰਘ ਥਾਣੇਦਾਰ ਨੂੰ ਪੁੱਛਿਆ ਵੀ ਲੱਖਾਂ ਰੁਪਈਆ ਤਨਖਾਹ ਲੈ ਕੇ ਢਿੱਡ ਨਹੀਂ ਭਰਦਾ ਦੂਜੇ ਪਾਸੇ ਬੇਰੁਜ਼ਗਾਰ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਫੜ ਕੇ ਨੌਜਵਾਨ ਗਲੀਆਂ ਸੜਕਾਂ 'ਤੇ ਵਿਹਲੇ ਘੁੰਮਦੇ ਆ ਦੇਖ ਕੇ ਭਗਵਾਨ ਦਾ ਸ਼ੁਕਰੀਆ ਅਦਾ ਕਰਿਆ ਕਰੋ ਵੀ ਬੜੀ ਵੱਡੀ ਇੱਜ਼ਤ ਬੜਾ ਵੱਡਾ ਮਾਣ ਬੜੀ ਵੱਡੀ ਸੈਲਰੀ ਪਰ ਤ੍ਰਿਸ਼ਨਾ ਹੈ ਸੋ ਅਸੀਂ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੀਡੀਆ ਦੀ ਹਾਜ਼ਰੀ ਦੇ ਵਿੱਚ 10,000 ਰੁਪਈਆ ਇਹ ਮਾਤੜ ਸਾਥੀ ਦਾ ਮਿਹਨਤ ਕਰ ਸਾਥੀ ਦਾ ਥਾਣੇਦਾਰ ਦਿਲਬਾਗ ਸਿੰਘ ਕੋਲੋਂ ਵਾਪਸ ਕਰਾਇਆ ਇਹ ਕਮਿਸ਼ਨਰ ਸਾਹਿਬ ਨੂੰ ਦੱਸ ਕੇ ਐਂਡ ਕਮਿਸ਼ਨਰ ਸਾਹਿਬ ਨੇ ਇਹ ਗੱਲ ਇਨਸ਼ੋਰ ਕੀਤੀ ਆ ਵੀ ਰਿਟਰਨ ਦੇ ਜਾਓ ਮੈਂ ਸੰਬੰਧਿਤ ਜਿਹੜਾ ਕਰਪਟ ਅਫਸਰ ਹੈ ਇਹਨੂੰ ਡਿਸਮਿਸ ਕਰੂੰਗਾ ਸੋ ਮੈਂ ਨਾਲ ਦੀ ਨਾਲ ਇਹ ਜਿਹੜੀ ਸ਼ਿਕਾਇਤ ਹੈਗੀ ਆ DGP ਐਂਡ ਹੋਮ ਸੈਕਟਰੀ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕਿਉਂਕਿ ਲੋਕ ਇਨਸਾਫ਼ ਪਾਰਟੀ ਦਾ ਮੁੱਢਲਾ ਸਿਧਾਂਤ ਹੈ T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ 'ਤੇ ਕਲਿੱਕ ਕਰੋ